ਕਰ ਕਿਰਪਾ ਪ੍ਰਸਾਦ ਗੁਰਾਂ ਨੇ ਦੇ ਕਵਿਤਾ ਦਾ, ਕਰ ਕਿਰਪਾ ਪ੍ਰਸਾਦ ਗੁਰਾਂ ਨੇ ਦੇ ਕਵਿਤਾ ਦਾ। ਅੱਜ ਫਿਰ ਪੌਂਟਾ ਸਾਹਿਬ ਬੁਲਾਇਆ ਏ ਡਾਕਟਰ ਜਾਚਕ ਤੇ ਪਰਮਦੀਪ ਦੀਪ ਸੁਸਾਇਟੀ, ਡਾਕਟਰ ਜਾਚਕ ਤੇ ਪਰਮਦੀਪ ਦੀਪ ਸੁਸਾਇਟੀ, ਧੰਨਵਾਦ ਦੇ ਪਾਤਰ ਹੋਏ ਜਿੰਨਾ ਲੈ ਓਟ ਤੇਰੀ। ਇੱਥੇ ਸੋਹਣਾ ਕਵੀ ਦਰਬਾਰ ਸਜਾਇਆ ਹੈ, ਸੋਹਣਾ ਕਵੀ ਦਰਬਾਰ ਸਜਾਇਆ ਹੈ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਗੁਰੂ ਰੂਪੀ ਸਾਧ ਸੰਗਤ ਜੀ, ਗੱਜ ਕੇ ਬੁਲਾਈਏ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰ ਸਤਰਾਂ 'ਚ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੇ ਉਹ ਦੋ ਪਹਿਲੂ ਜੋ ਅਨਿੱਖੜਵੇਂ ਹਨ ਅਤੇ ਵਿਲੱਖਣ ਹਨ। ਮਾਂ ਗੁਜਰੀ ਦੇ ਜਾਏ, ਮਾਂ ਗੁਜਰੀ ਦੇ ਜਾਏ ਪਾਤਸ਼ਾਹੀ ਦਸਵੀਂ, ਮਾਂ ਗੁਜਰੀ ਦੇ ਜਾਏ ਪਾਤਸ਼ਾਹੀ ਦਸਵੀਂ, ਜਮੁਨਾ ਕੰਢੇ ਸੋਹਣੇ ਕਵੀ ਦਰਬਾਰ ਸਜਾਏ। ਸਰਬੰਸ ਦਾਨੀ ਨਿਵਾਰ ਵੰਸ਼ ਸਾਰਾ, ਸਰਬੰਸ ਦਾਨੀ ਨਿਵਾਰ ਵੰਸ਼ ਸਾਰਾ, ਸੀਸ ਸਿੱਖਾਂ ਦੇ ਸੋਹਣੇ ਤਾਜ ਸਜਾਏ, ਸੀਸ ਸਿੱਖਾਂ ਦੇ ਸੋਹਣੇ ਤਾਜ ਸਜਾਏ। ਮੇਰੀ ਅੱਜ ਦੀ ਜੋ ਕਵਿਤਾ ਹੈ, ਜੋ ਵਿਸ਼ਾ ਹੈ, ਉਸ ਤੋਂ ਥੋੜ੍ਹਾ ਹਟ ਕੇ ਹੈ। ਜਿਵੇਂ ਦਰਸ਼ਨ ਬੁੱਟਰ ਸਾਹਿਬ ਜੀ ਦੀ ਕਵਿਤਾ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸੀ, ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਜਾਮੇ 'ਚ ਗੁਰੂ ਨਾਨਕ ਦੇਵ ਜੀ ਆਏ। ਸੋ ਚਾਹੇ ਪਹਿਲਾ ਜਾਮੇ, ਚਾਹੇ ਦੂਜਾ, ਚਾਹੇ ਤੀਸਰਾ, ਜੋਤ ਉਹੀ ਹੈ। ਸੋ ਮੈਂ ਇਸ ਕਵੀ ਦਰਬਾਰ ਦੇ ਲਈ ਜਦੋਂ ਕਵਿਤਾ ਲਿਖਣ ਬੈਠੀ ਅਤੇ ਗੁਰੂ ਸਾਹਿਬ ਦੀ ਜਿਵੇਂ ਕਿਰਪਾ ਹੋਈ ਉਹ ਕਵਿਤਾ ਉਵੇਂ ਹੀ ਲਿਖੀ ਗਈ। ਉਸ ਤੋਂ ਬਾਅਦ ਲਿਖਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਲਿਖ ਨਹੀਂ ਹੋਈ। ਸ਼ਾਇਦ ਇਹੀ ਗੁਰੂ ਸਾਹਿਬ ਨੂੰ ਮਨਜ਼ੂਰ ਸੀ ਕਿ ਉਹਨਾਂ ਦੇ ਕਵੀ ਦਰਬਾਰ ਦੇ ਵਿੱਚ ਇਹੀ ਕਵਿਤਾ ਹੈ ਜਿਹੜੀ ਉਹ ਮੈਂ ਬੋਲਾਂ। ਬਹੁਤ ਤੁੱਛ ਜੀ ਭੇਟਾ ਲੈ ਕੇ ਆਈ ਹਾਂ। ਆਪ ਸਾਧ ਸੰਗਤ ਗੁਰੂ ਰੂਪ ਹੋ, ਅਸੀਸ ਦੇਣਾ ਕਿ ਨਿਰਵਿਘਨ ਪੂਰੀ ਕਰ ਸਕਾਂ। ਬੁਲਾਈਏ ਜੀ ਫਤਿਹ। ਸਿਰਲੇਖ ਹੈ ਧੰਨ ਨਾਨਕ ਤੇਰੀ ਵੱਡੀ ਕਮਾਈ, ਬਾਬੇ ਤਾਰੇ ਚਾਰ ਚੱਕ, ਬਾਬੇ ਤਾਰੇ ਚਾਰ ਚੱਕ ਕੀਤੀ ਚਾਰ ਉਦਾਸੀ, ਬਾਬੇ ਤਾਰੇ ਚਾਰ ਚੱਕ ਕੀਤੀ ਚਾਰ ਉਦਾਸੀ, ਤੇਰਾ ਤੇਰਾ ਤੋਲ ਬਾਬੇ ਨੇ ਤੇਰੀ ਦੀ ਧੁਨ ਲਾਈ ਸੀ। ਕਰ ਗੋਸ਼ਟ ਸਿੱਧਾਂ ਤਾਈਂ, ਕਰ ਗੋਸ਼ਟ ਸਿੱਧਾਂ ਤਾਈਂ ਦਿੱਤਾ ਗਿਆਨ ਇਲਾਹੀ, ਮੁੱਖੋਂ ਉਚਰੇ ਤਦ ਉਹ ਸੱਭੇ, ਮੁੱਖੋਂ ਉਚਰੇ ਤਦ ਉਹ ਸੱਭੇ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੁਰਕੀ ਬਾਣੀ ਉਚਾਰੇ ਬਾਬੇ, ਤੁਰਕੀ ਬਾਣੀ ਉਚਾਰੀ ਬਾਬੇ, ਮਰਦਾਨੇ ਰਬਾਬ ਵਜਾਈ, ਉਪਦੇਸ਼ ਦਿੱਤਾ ਚੌ ਵਰਨਾ ਕੋ ਸਾਂਝਾ, ਉਪਦੇਸ਼ ਦਿੱਤਾ ਚੌ ਵਰਨਾ ਕੋ ਸਾਂਝਾ, ਸਾਂਝੀ ਬਾਤ ਬਤਾਈ, ਨਾ ਹਿੰਦੂ ਨਾ ਮੁਸਲਮਾਨ, ਨਾ ਕੋਈ ਮੁਸਲਮਾਨ, ਨਾ ਹਿੰਦੂ ਨਾ ਕੋਈ ਮੁਸਲਮਾਨ, ਨੂਰ ਸਭ ਖੁਦਾਈ, ਚੌ ਵਰਨਾ ਨੇ ਅੱਖ ਸਿਜਦਾ ਕੀਤਾ, ਚੌ ਵਰਨਾ ਨੇ ਅੱਖ ਸਿਜਦਾ ਕੀਤਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਿਰਤ ਕਰਮ ਸਤ ਸੰਤੋਖ ਪਾ, ਕਿਰਤ ਕਰਮ ਸਤ ਸੰਤੋਖ ਪਾ, ਬਣ ਕਿਰਤੀ ਕਿਰਤ ਕਮਾਈ, ਹਲ ਜੋਤ ਕੇ ਮਨ ਆਪਣੇ ਦਾ, ਹਲ ਜੋਤ ਕੇ ਮਨ ਆਪਣੇ ਦਾ, ਇਉਂ ਕਿਰਸਾਨੀ ਕਰ ਵਿਖਾਈ, ਪਾ ਮਿਹਨਤ ਦਾ ਪਾਣੀ ਬਾਬੇ, ਪਾਵੇਂ ਨਦਾ ਪਾਣੀ ਬਾਬੇ ਕੀਤੀ ਉਹ ਸਿੰਚਾਈ, ਸ਼ਬਦ ਨਾਮ ਦਾ ਬੀਜ ਬੀਜ ਕੇ,
ਸ਼ਬਦ ਨਾਮ ਦਾ ਬੀਜ ਬੀਜ ਕੇ ਅਦੁੱਤੀ ਫਸਲ ਉਗਾਈ, ਰੱਖਿਆ ਵੇਸ ਗਰੀਬੀ ਫਿਰ ਵੀ, ਰੱਖਿਆ ਵੇਸ ਗਰੀਬੀ ਫਿਰ ਵੀ, ਤਾਂ ਕੁੱਲ ਲੁਕਾਈ ਗਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।